ਸਵਾਗਤ ਕੀਤਾ ਜਾਂਦਾ ਜੀ ਤੁਹਾਡੇ ਆਪਣੇ ਚੈਨਲ ਹਾਈ ਫਾਈ ਐਗਜ਼ਾਮ ਸਟੱਡੀ ਦੇ ਵਿੱਚ। ਮੈਂ ਹਾਂ ਅੰਤਨ, ਆਪਾਂ ਕਰ ਰਹੇ ਹਾਂ ਜੀ ਸਿੰਧੂ ਘਾਟੀ ਦੀ ਸੱਭਿਅਤਾ ਦੇ ਟੌਪਿਕ ਨੂੰ। ਅੱਜ ਆਪਾਂ ਇਸ ਟੌਪਿਕ ਦੇ ਵਿੱਚ ਦੇਖਾਂਗੇ ਵੀ ਸਿੰਧੂ ਘਾਟੀ ਦੀ ਸੱਭਿਅਤਾ ਦੇ ਜਿਹੜੇ ਲੋਕ ਸੀਗੇ ਉਹ ਖੇਤੀਬਾੜੀ ਕਿੱਦਾਂ ਕਰਦੇ ਸੀ ਅਤੇ ਵਪਾਰ ਕਰਨ ਦੇ ਉਹਨਾਂ ਦੇ ਕਿਹੜੇ ਤਰੀਕੇ ਸੀਗੇ, ਕਿਵੇਂ ਉਹ ਵਪਾਰ ਕਰਦੇ ਸੀਗੇ। ਇਸ ਤੋਂ ਪਹਿਲਾਂ ਆਪਾਂ ਸਿੰਧੂ ਘਾਟੀ ਦੀ ਸੱਭਿਅਤਾ ਦੀ ਜਾਣ ਪਛਾਣ ਅਤੇ ਭੂਗੋਲਿਕ ਸਥਿਤੀਆਂ ਦੇ ਬਾਰੇ ਆਪਾਂ ਜਿਹੜੀ ਵੀਡੀਓ ਬਣਾਈ ਹੈ, ਜੇਕਰ ਤੁਸੀਂ ਉਹ ਵੀਡੀਓ ਨਹੀਂ ਦੇਖੀ ਤਾਂ ਤੁਸੀਂ ਉਸ ਨੂੰ ਜਾ ਕੇ ਦੇਖ ਸਕਦੇ ਹੋ। ਤਾਂ ਵੀਡੀਓ ਸ਼ੁਰੂ ਕਰਦੇ ਹਾਂ ਜੀ। ਸਭ ਤੋਂ ਪਹਿਲਾਂ ਦੇਖਦੇ ਹਾਂ ਜੀ ਖੇਤੀਬਾੜੀ। ਸਿੰਧੂ ਘਾਟੀ ਦੇ ਸਮੇਂ ਜਿਹੜੀਆਂ ਫਸਲਾਂ ਨੇਗੀਆਂ ਉਹ ਨਵੰਬਰ ਮਹੀਨੇ ਦੇ ਵਿੱਚ ਬੀਜੀਆਂ ਜਾਂਦੀਆਂ ਸੀਗੀਆਂ ਅਤੇ ਉਹਨਾਂ ਦੀ ਜਿਹੜੀ ਕਟਾਈ ਸੀਗੀ ਉਹ ਅਪ੍ਰੈਲ ਮਹੀਨੇ ਦੇ ਵਿੱਚ ਕੀਤੀ ਜਾਂਦੀ ਸੀ। ਉਸ ਸਮੇਂ ਦੇ ਲੋਕਾਂ ਨੂੰ ਇਹ ਵੀ ਪਤਾ ਸੀਗਾ ਵੀ ਕਦੋਂ ਜਿਹੜੀ ਫਸਲ ਬੀਜਣੀ ਹੈ ਅਤੇ ਕਦੋਂ ਇਸ ਦੀ ਕਟਾਈ ਕਰਨੀ ਹੈ, ਮਤਲਬ ਉਹਨਾਂ ਨੂੰ ਮੌਸਮ ਅਤੇ ਰੁੱਤਾਂ ਦੇ ਬਾਰੇ ਗਿਆਨ ਸੀਗਾ। ਇਹ ਫਸਲਾਂ ਨਦੀ ਦੇ ਆਸ ਪਾਸ ਦੇ ਖੇਤਰ ਦੇ ਵਿੱਚ ਬੀਜੀਆਂ ਜਾਂਦੀਆਂ ਸਨ। ਨਦੀ ਦੇ ਆਸ ਪਾਸ ਦੇ ਖੇਤਰ ਦੇ ਵਿੱਚ ਕਿਉਂ ਬੀਜੀਆਂ ਜਾਂਦੀਆਂ ਹਨ? ਕਿਉਂਕਿ ਉਹਨਾਂ ਨੂੰ ਪਾਣੀ ਦਾ ਜਿਹੜਾ ਪ੍ਰਬੰਧ ਸੀਗਾ ਉਹ ਨਦੀ ਤੋਂ ਹੀ ਮਿਲਦਾ ਸੀਗਾ, ਇਸ ਕਰਕੇ ਨਦੀ ਦੇ ਆਸ ਪਾਸ ਹੀ ਇਹ ਜਿਹੜੀ ਸੱਭਿਅਤਾ ਸੀਗੀ ਉਹ ਵਿਕਸਿਤ ਹੋਈ ਸੀਗੀ। ਸਿੰਧੂ ਨਦੀ ਦੇ ਵਿੱਚ ਹੜ੍ਹਾਂ ਕਾਰਨ ਇੱਥੋਂ ਦੀ ਜਿਹੜੀ ਮਿੱਟੀ ਸੀਗੀ ਉਹ ਉਪਜਾਊ ਸੀਗੀ। ਹੜ੍ਹ ਆਉਂਦੇ ਨੇਗੇ, ਨਵੀਂ ਮਿੱਟੀ ਲਾਉਣ ਲੈ ਕੇ ਆਉਂਦੇ ਨੇ, ਤਾਂ ਜਿਹੜੀ ਨਵੀਂ ਮਿੱਟੀ ਆ ਉਹ ਫਸਲਾਂ ਦੇ ਲਈ ਲਾਹੇਵੰਦ ਹੁੰਦੀ ਹੈ ਵੀ, ਇਸ ਕਰਕੇ ਇਹਨਾਂ ਲੋਕਾਂ ਨੂੰ ਇਹ ਵੀ ਗਿਆਨ ਸੀਗਾ ਵੀ ਕਿਹੜੀ ਮਿੱਟੀ ਦੇ ਵਿੱਚ ਫਸਲ ਬੀਜਣੀ ਹੈ। ਸਿੰਧੂ ਘਾਟੀ ਦੀ ਸੱਭਿਅਤਾ ਦੇ ਸਮੇਂ ਕਣਕ, ਜੌਂ ਅਤੇ ਸਰ੍ਹੋਂ ਵਰਗੀਆਂ ਜਿਹੜੀਆਂ ਫਸਲਾਂ ਸੀਗੀਆਂ ਉਗਾਈਆਂ ਜਾਂਦੀਆਂ ਸੀਗੀਆਂ। ਇਸ ਸੱਭਿਅਤਾ ਦੇ ਸਮੇਂ ਦੇ ਜਿਹੜੇ ਚਾਵਲਾਂ ਦੇ ਸਬੂਤ ਨੇ ਉਹ ਸਾਨੂੰ ਲੋਥਲ ਗੁਜਰਾਤ ਤੋਂ ਵੀ ਪ੍ਰਾਪਤ ਹੁੰਦੇ ਹਨ। ਕਪਾਹ ਦੀ ਫਸਲ ਨੂੰ ਵੀ ਸਭ ਤੋਂ ਪਹਿਲਾਂ ਸਿੰਧੂ ਘਾਟੀ ਦੇ ਲੋਕਾਂ ਨੇ ਹੀ ਉਗਾਇਆ ਸੀਗਾ, ਮਤਲਬ ਕਪਾਹ ਦੀ ਜਿਹੜੀ ਫਸਲ ਆ ਗਈ ਇਸ ਨੂੰ ਉਗਾਉਣ ਵਾਲੇ ਸਭ ਤੋਂ ਪਹਿਲੇ ਲੋਕ ਕੌਣ ਸੀਗੇ? ਤਾਂ ਉਹ ਸਿੰਧੂ ਘਾਟੀ ਦੀ ਸੱਭਿਅਤਾ ਦੇ ਲੋਕ ਸੀਗੇ। ਸਿੰਧੂ ਘਾਟੀ ਦੇ ਸਮੇਂ ਸਾਨੂੰ ਖੇਤਾਂ ਦੀ ਜੁਤਾਈ ਅਤੇ ਜੁਤਾਈ ਕਰਨ ਦੇ ਲਈ ਲੱਕੜ ਦੇ ਹਲ ਦੀ ਵਰਤੋਂ ਕੀਤੀ ਜਾਂਦੀ ਪ੍ਰਾਪਤ ਹੋਈ ਹੈ। ਇਹ ਕਿੱਥੋਂ ਪ੍ਰਾਪਤ ਹੋਈ ਹੈ ਸਾਨੂੰ? ਇਹ ਜਿਹੜੇ ਸਬੂਤ ਨੇਗੇ, ਤਾਂ ਇਹ ਜਿਹੜੇ ਸਬੂਤ ਨੇ ਸਾਨੂੰ ਕਾਲੀਆ ਬੰਗਾ ਰਾਜਸਥਾਨ ਤੋਂ ਪ੍ਰਾਪਤ ਹੋਏ ਨੇ। ਮਤਲਬ ਉਹ ਜੁਤਾਈ ਵੀ ਕਰਦੇ ਸੀ, ਮਤਲਬ ਖੇਤ ਨੂੰ ਵਾਹੁੰਦੇ ਵੀ ਸੀ, ਤੇ ਵਾਹੁਣ ਦਾ ਉਹਨਾਂ ਕੋਲ ਔਜ਼ਾਰ ਕਿਹੜਾ ਹੁੰਦਾ ਸੀ? ਤਾਂ ਲੱਕੜ ਦਾ ਹਲ। ਤਾਂ ਇਹਦੇ ਜਿਹੜੇ ਸਬੂਤ ਨੇ ਸਾਨੂੰ ਕਾਲੀਆ ਬੰਗਾ ਰਾਜਸਥਾਨ ਤੋਂ ਪ੍ਰਾਪਤ ਹੋਏ ਹਨ। ਅੱਗੇ ਦੇਖਦੇ ਹਾਂ ਜੀ, ਸਿੰਧੂ ਘਾਟੀ ਦੀ ਸੱਭਿਅਤਾ ਦੇ ਲੋਕ ਆਪਣੇ ਖਾਣ ਯੋਗਾ ਜਿਹੜਾ ਅਨਾਜ ਹੈਗਾ ਉਹ ਪੈਦਾ ਕਰ ਲੈਂਦੇ ਸਨ, ਅਤੇ ਪੈਦਾ ਕੀਤੇ ਅਨਾਜ ਦੀ ਸੰਭਾਲ ਕਰਨੀ ਵੀ ਉਹਨਾਂ ਨੂੰ ਆਉਂਦੀ ਸੀਗੀ। ਮਤਲਬ ਆਪਦੇ ਖਾਣ ਯੋਗਾ ਤਾਂ ਉਹ ਅਨਾਜ ਪੈਦਾ ਕਰ ਲੈਂਦੇ ਸੀਗੇ, ਉਸ ਤੋਂ ਬਾਅਦ ਜਿਹੜਾ ਬਚ ਜਾਂਦਾ ਸੀ ਅਨਾਜ ਉਸਨੂੰ ਸਟੋਰ ਕਰਕੇ ਕਿਵੇਂ ਰੱਖਣਾ, ਕਿਹੜੇ ਮਤਲਬ ਉਸ ਸਮੇਂ ਦੇ ਜਿਹੜੇ ਉਹਨਾਂ ਦੇ ਗੋਦਾਮ ਬਣਾਏ ਹੋਏ ਸੀਗੇ ਵੀ ਉਹਨਾਂ ਦੇ ਵਿੱਚ ਕਿਵੇਂ ਸੰਭਾਲ ਕੇ ਰੱਖਣਾ, ਇਹ ਉਹਨਾਂ ਨੂੰ ਚੰਗੀ ਤਰ੍ਹਾਂ ਆਉਂਦਾ ਸੀਗਾ। ਸਿੰਧੂ ਘਾਟੀ ਦੇ ਲੋਕ ਘਰੇਲੂ ਪਸ਼ੂਆਂ ਨੂੰ ਵੀ ਪਾਲਿਆ ਕਰਦੇ ਸਨ। ਕਿਹੜੇ ਕਿਹੜੇ ਪਸ਼ੂ ਪਾਲਦੇ ਸੀ ਸਿੰਧੂ ਘਾਟੀ ਦੇ ਲੋਕ? ਤਾਂ ਕੁੱਤਾ ਅਤੇ ਬਿੱਲੀ ਨੂੰ ਪਾਲਦੇ ਸੀਗੇ, ਮਤਲਬ ਘਰੇਲੂ ਪਸ਼ੂ ਨੂੰ ਪਾਲਦੇ ਸੀਗੇ ਸਿੰਧੂ ਘਾਟੀ ਦੇ ਲੋਕ, ਕੁੱਤਾ ਅਤੇ ਬਿੱਲੀ ਨੂੰ। ਇਸ ਸਮੇਂ ਦੇ ਲੋਕਾਂ ਨੂੰ ਘੋੜੇ ਦੇ ਬਾਰੇ ਵੀ ਗਿਆਨ ਸੀ, ਪਰੰਤੂ ਇਹ ਘੋੜੇ ਦੀ ਜ਼ਿਆਦਾ ਵਰਤੋਂ ਨਹੀਂ ਕਰਦੇ ਸਨ। ਸਿੰਧੂ ਘਾਟੀ ਦੇ ਲੋਕਾਂ ਨੂੰ ਘੋੜੇ ਦਾ ਗਿਆਨ ਸੀਗਾ ਵੀ ਇਹ ਜਾਨਵਰ ਹੁੰਦਾ ਵਾ, ਪਰ ਉਹ ਘੋੜੇ ਦੀ ਜਿਹੜੀ ਹੈਗੀ ਉਚਿਤ ਜਾਂ ਉਸਦੀ ਜ਼ਿਆਦਾ ਵਰਤੋਂ ਨਹੀਂ ਕਰਦੇ ਸਨ। ਉਸ ਸਮੇਂ ਹਾਥੀ ਦੀ ਜਿਹੜੀ ਵਰਤੋਂ ਹੈਗੀ ਘੋੜੇ ਦੇ ਨਾਲੋਂ ਜ਼ਿਆਦਾ ਹੁੰਦੀ ਸੀਗੀ। ਘੋੜੇ ਦਾ ਉਹਨਾਂ ਨੂੰ ਪਤਾ ਸੀ, ਪਰ ਘੋੜੇ ਦੀ ਇੰਨੀ ਵਰਤੋਂ ਨਹੀਂ ਕਰਦੇ ਸੀ ਜਿੰਨੀ ਉਹ ਹਾਥੀ ਦੀ ਵਰਤੋਂ ਕਰਦੇ ਸੀਗੇ। ਗੁਜਰਾਤ ਦੇ ਸਪਕੋਟਲਾ ਤੋਂ ਸਾਨੂੰ ਘੋੜੇ ਦੀਆਂ ਖੱਡੀਆਂ ਜਾਂ ਉਸਦੇ ਜਿਹੜੇ ਅਵਸ਼ੇਸ਼ ਨੇਗੇ ਉਹ ਪ੍ਰਾਪਤ ਹੋਏ ਨੇ, ਅਤੇ ਮਨੁੱਖ ਦੇ ਨਾਲ ਕਬਰ ਦੇ ਵਿੱਚ ਦੱਬਿਆ ਕੁੱਤਾ ਸਾਨੂੰ ਪੰਜਾਬ ਦੇ ਰੋਪੜ ਸਥਾਨ ਤੋਂ ਪ੍ਰਾਪਤ ਹੋਇਆ ਵਾ। ਇਹਦੇ ਜਿਹੜੇ ਸਬੂਤ ਨੇਗੇ ਉਹ ਆਪਾਂ ਨੂੰ ਮਿਲਦੇ ਨੇ। ਬੁਣੇ ਹੋਏ ਕੱਪੜੇ ਦੇ ਜਿਹੜੇ ਸਬੂਤ ਨੇਗੇ ਉਹ ਵੀ ਮੋਹਨ ਜਦਾਰੋ ਤੋਂ ਸਾਨੂੰ ਪ੍ਰਾਪਤ ਹੋਏ ਹਨ, ਮਤਲਬ ਉਸ ਸਮੇਂ ਕੱਪੜੇ ਦੀ ਬੁਣਤੀ ਦਾ ਜਿਹੜਾ ਕੰਮ ਵੀ ਕੀਤਾ ਜਾਂਦਾ ਸੀਗਾ। ਇਹਦੇ ਜਿਹੜੇ ਸਬੂਤ ਨੇ ਸਾਨੂੰ ਮੋਹਨ ਜਦਾਰੋ ਤੋਂ ਪ੍ਰਾਪਤ ਹੋਏ ਹਨ। ਗੰਨੇ ਦੀ ਫਸਲ
ਦਾ ਸਿੰਧੂ ਘਾਟੀ ਦੇ ਲੋਕਾਂ ਨੂੰ ਕੋਈ ਵੀ ਗਿਆਨ ਨਹੀਂ ਸੀਗਾ। ਉਸ ਸਮੇਂ ਗੰਨੇ ਦੀ ਫਸਲ ਦਾ ਸਿੰਧੂ ਘਾਟੀ ਦੇ ਲੋਕਾਂ ਨੂੰ ਬਿਲਕੁਲ ਗਿਆਨ ਨਹੀਂ ਸੀਗਾ। ਸਿੰਚਾਈ ਅਤੇ ਡੈਮ ਦੇ ਸਬੂਤ ਸਾਨੂੰ ਗੁਜਰਾਤ ਦੇ ਧੌਲਾਵੀਰਾ ਤੋਂ ਪ੍ਰਾਪਤ ਹੋਏ ਹਨ। ਮਤਲਬ ਉਸ ਸਮੇਂ ਖੇਤਾਂ ਦੀ ਜਿਹੜੀ ਸਿੰਚਾਈ ਵੀ ਕੀਤੀ ਜਾਂਦੀ ਸੀਗੀ ਅਤੇ ਡੈਮ ਬਣਾ ਕੇ, ਮਤਲਬ ਛੋਟੇ ਲਾ ਲਓ ਡੈਮ, ਪਾਣੀ ਨੂੰ ਸਟੋਰ ਕਰਨ ਵਾਲੇ ਚੀਜ਼ਾਂ ਨੇਗੀਆਂ ਜਿਹੜੀਆਂ ਉਹਨਾਂ ਦੀਆਂ ਬਣਾਈਆਂ ਹੋਈਆਂ ਸੀਗੀਆਂ, ਤਾਂ ਪਾਣੀ ਨੂੰ ਸਟੋਰ ਕਰਕੇ ਵੀ ਉਸ ਸਮੇਂ ਰੱਖਿਆ ਜਾਂਦਾ ਸੀ ਅਤੇ ਸਿੰਚਾਈ ਉਸ ਸਟੋਰ ਕੀਤੇ ਹੋਏ ਪਾਣੀ ਦੇ ਦੁਆਰਾ ਕੀਤੀ ਜਾਂਦੀ ਸੀਗੀ। ਕਾਲੀਆਂ ਬੰਗਾਂ ਰਾਜਸਥਾਨ ਤੋਂ ਸਾਨੂੰ ਊਂਠ ਦੀਆਂ ਹੱਡੀਆਂ ਵੀ ਪ੍ਰਾਪਤ ਹੋਈਆਂ ਹਨ। ਕਾਲੀਆਂ ਬੰਗਾਂ ਰਾਜਸਥਾਨ ਤੋਂ ਊਂਠ ਦੀਆਂ ਜਿਹੜੀਆਂ ਨੇਗੀਆਂ ਹੱਡੀਆਂ ਨੇ ਉਹ ਸਾਨੂੰ ਸਿੰਧੂ ਘਾਟੀ ਦੇ ਸਮੇਂ ਦੀਆਂ ਪ੍ਰਾਪਤ ਹੋਈਆਂ ਹਨ। ਹੁਣ ਦੇਖਦੇ ਹਾਂ ਕਿ ਸਿੰਧੂ ਘਾਟੀ ਦੇ ਲੋਕ ਵਪਾਰ ਕਿਵੇਂ ਕਰਦੇ ਸਨ। ਤਾਂ ਸਿੰਧੂ ਘਾਟੀ ਦੇ ਲੋਕ ਘਰੇਲੂ ਤੌਰ 'ਤੇ ਅਤੇ ਬਾਹਰੀ ਤੌਰ 'ਤੇ ਜਿਵੇਂ ਦੂਜੀਆਂ ਸੱਭਿਅਤਾਵਾਂ ਦੇ ਨਾਲ ਵਪਾਰ ਕਰਦੇ ਸਨ। ਵਪਾਰ ਦਾ ਜਿਹੜਾ ਤਰੀਕਾ ਸੀਗਾ ਉਹ ਵੀ ਬਹੁਤ ਵਧੀਆ ਹੁੰਦਾ ਸੀ ਇਹਨਾਂ ਦਾ। ਵਪਾਰ ਕਰਨ ਦੇ ਲਈ ਕਿਸੇ ਵੀ ਪੈਸੇ ਦੀ ਵਰਤੋਂ ਨਹੀਂ ਕੀਤੀ ਜਾਂਦੀ ਸੀ। ਮਤਲਬ ਉਸ ਸਮੇਂ ਜਾਂ ਸਿੱਕਾ ਜਾਂ ਕਰੰਸੀ ਕੋਈ ਇੱਦਾਂ ਦਾ ਹੋਣ ਦੇ ਵਿੱਚ ਹੈ ਨਹੀਂ ਸੀਗਾ ਵੀ ਉਹ ਪੈਸੇ ਦੀ ਜਾਂ ਕਿਸੇ ਧਾਤੂ ਦੀ ਵਰਤੋਂ ਕਰਦੇ ਸੀਗੇ। ਸਾਰੇ ਦਾ ਸਾਰਾ ਵਪਾਰ ਹੈਗਾ ਜਿਹੜਾ ਉਹ ਬਾਟਾ ਸਿਸਟਮ ਰਾਹੀਂ ਕੀਤਾ ਜਾਂਦਾ ਸੀਗਾ ਵੀ ਜਿਹੜੀ ਚੀਜ਼ ਸਾਡੇ ਕੋਲ ਨਹੀਂ ਹੈਗੀ ਉਹ ਤੁਸੀਂ ਲੈ ਲਓ, ਜਿਹੜੀ ਤੁਹਾਡੇ ਕੋਲ ਆ ਉਹ ਤੁਸੀਂ ਸਾਨੂੰ ਦੇ ਲਓ। ਸਮਾਨ ਦੀ ਢੋਆ ਢੁਆਈ ਲਈ ਬੈਲ ਗੱਡੀਆਂ ਦੀ ਵਰਤੋਂ ਕੀਤੀ ਜਾਂਦੀ ਸੀ ਅਤੇ ਜੇਕਰ ਬਾਹਰੀ ਤੌਰ 'ਤੇ ਸਮੁੰਦਰੋਂ ਪਾਰ ਜਾਂ ਘਰੇਲੂ ਤੌਰ 'ਤੇ ਕੋਈ ਵੀ ਨਦੀ ਪਾਰ ਸਮਾਨ ਦੀ ਢੋਆ ਢੁਆਈ ਕਰਨੀ ਹੁੰਦੀ ਸੀ ਤਾਂ ਉਹ ਕਿਸ਼ਤੀਆਂ ਦੀ ਵਰਤੋਂ ਕਰਦੇ ਸਨ। ਮਤਲਬ ਸਿੰਧੂ ਘਾਟੀ ਦੀ ਸੱਭਿਅਤਾ ਦੇ ਲੋਕਾਂ ਨੂੰ ਇਹ ਵੀ ਗਿਆਨ ਸੀਗਾ ਵੀ ਜੇਕਰ ਸਾਡਾ ਸਮਾਨ ਅਸੀਂ ਕਿਸੇ ਪਾਸੇ ਭੇਜ ਰਹੇ ਹਾਂ ਵਿਚਾਲੇ ਪਾਣੀ ਆ ਰਿਹਾ ਵਾ ਤਾਂ ਉਹ ਪਾਣੀ ਨੂੰ ਅਸੀਂ ਪਾਰ ਕਿਵੇਂ ਕਰਨਾ, ਤਾਂ ਉਹਨਾਂ ਨੂੰ ਕਿਸ਼ਤੀਆਂ ਬਣਾਉਣ ਦਾ ਜਿਹੜਾ ਗਿਆਨ ਵੀ ਪ੍ਰਾਪਤ ਸੀਗਾ। ਉਸ ਸਮੇਂ ਸਮਾਨ ਨੂੰ ਤੋਲਿਆ ਜਾਂ ਨਾਪਿਆ ਵੀ ਜਾਂਦਾ ਸੀ। ਇਸ ਚੀਜ਼ ਦੇ ਜਿਹੜੇ ਸਬੂਤ ਨੇ ਸਾਨੂੰ ਲੋਥਲ ਗੁਜਰਾਤ ਤੋਂ ਮਿਲਦੇ ਹਨ। ਮਤਲਬ ਵੀ ਉਸ ਸਮੇਂ ਇਹਨਾਂ ਲੋਕਾਂ ਦੇ ਨਾਪਣ ਅਤੇ ਤੋਲਣ ਦੇ ਲਈ ਵੀ ਪੈਮਾਨੇ ਹੁੰਦੇ ਸੀਗੇ। ਉਸ ਸਮੇਂ ਪੱਥਰ ਦੇ ਚੌਸ ਟੁਕੜਿਆਂ ਨੂੰ ਵੱਟਿਆਂ ਦੇ ਰੂਪ ਵਿੱਚ ਵਰਤਿਆ ਜਾਂਦਾ ਸੀਗਾ। ਮਤਲਬ ਜਿਹੜੇ ਉਹਨਾਂ ਦੇ ਵੱਟੇ ਹੁੰਦੇ ਸੀ ਉਹ ਪੱਥਰ ਦੇ ਹੁੰਦੇ ਸੀ ਅਤੇ ਚੌਸ ਹੁੰਦੇ ਸੀ। ਇਹਨਾਂ ਦੇ ਵੱਟਿਆਂ ਦਾ ਜਿਹੜਾ ਭਾਰ ਆ ਜਾਂ ਵਜਨ ਆ ਲੜੀ 'ਚ ਹੁੰਦਾ ਸੀਗਾ। ਵਜਨ ਆ ਜਿਹੜਾ ਉਹਨਾਂ ਦਾ ਲੜੀ 'ਚ ਹੁੰਦਾ ਸੀਗਾ। ਕਿਵੇਂ, ਜੇ 1 ਕਿਲੋ ਦਾ ਵੱਟਾ ਵਾ ਤਾਂ ਉਦੋਂ ਬਾਅਦ 2 ਕਿਲੋ ਦਾ ਵੱਟਾ ਹੋਊਗਾ, 2 ਤੋਂ ਬਾਅਦ 4 ਦਾ ਹੋਊਗਾ, 4 ਤੋਂ ਬਾਅਦ 6 ਦਾ ਹੋਊ, 6 ਤੋਂ ਬਾਅਦ 8 ਦਾ ਹੋਊਗਾ। ਇੱਦਾਂ ਦੇ ਉਹਨਾਂ ਦੇ ਜਿਹੜੇ ਨਾਪਣ ਦੇ ਤੋਲਣ ਦੇ ਜਿਹੜੇ ਉਹ ਨੇਗੇ ਵੱਟੇ ਨੇਗੇ ਉਹ ਲੜੀਵਾਰ ਚੱਲਦੇ ਸੀਗੇ। ਕਿਲੋ ਵਜਨ 2 ਕਿਲੋ, 4 ਕਿਲੋ, 6 ਕਿਲੋ, 1 ਕਿਲੋ। ਉਸ ਸਮੇਂ ਨਾਪਣ ਵਾਸਤੇ ਲਾਈਨਰ ਸਿਸਟਮ ਦੀ ਵਰਤੋਂ ਕੀਤੀ ਜਾਂਦੀ ਸੀਗੀ। ਮਤਲਬ ਜਿਵੇਂ ਅੱਜ ਕੱਲ੍ਹ ਆਪਾਂ ਸਕੇਲ ਦੀ ਵਰਤੋਂ ਕਰਦੇ ਹਾਂਗੇ, ਉਵੇਂ ਉਹਨਾਂ ਦਾ ਇੱਕ ਲੱਕੜੀ ਦਾ ਬਣਿਆ ਸਕੇਲ ਹੁੰਦਾ ਸੀਗਾ ਜਿਸਦੇ ਉੱਤੇ ਨਿਸ਼ਾਨ ਬਣੇ ਹੁੰਦੇ ਸਨ। ਉਸ ਸਮੇਂ ਸਿੱਪੀਆਂ ਅਤੇ ਸੰਖਾਂ ਤੋਂ ਹਾਰ ਸ਼ਿੰਗਾਰ ਦੀਆਂ ਚੀਜ਼ਾਂ ਬਣਾਉਂਦੇ ਸਨ। ਚੂੜੀਆਂ ਅਤੇ ਕੰਗਣ ਵੀ ਬਣਾਏ ਜਾਂਦੇ ਸਨ ਅਤੇ ਮਿੱਟੀ ਦੇ ਭਾਂਡਿਆਂ ਦਾ ਜਿਹੜਾ ਨਿਰਮਾਣ ਹੈਗਾ ਉਸ ਸਮੇਂ ਕੀਤਾ ਜਾਂਦਾ ਸੀਗਾ। ਸਮਾਨ ਬਣਾਉਣ ਦੇ ਲਈ ਕੱਚੇ ਮਾਲ ਦੀ ਲੋੜ ਪੈਂਦੀ ਸੀ, ਜਿਵੇਂ ਸੋਨਾ ਕਰਨਾਟਕ ਤੋਂ ਆਉਂਦਾ ਸੀਗਾ, ਚਾਂਦੀ ਹੈ ਜਿਹੜੀ ਅਫਰੀਕਾ ਅਤੇ ਈਰਾਨ ਤੋਂ ਆਉਂਦੀ ਸੀਗੀ, ਤਾਂਬਾ ਖੇਤਰੀ ਅਤੇ ਬਲੋਚਿਸਤਾਨ ਤੋਂ ਆਉਂਦਾ ਸੀਗਾ। ਸਿੰਧੂ ਘਾਟੀ ਦੇ ਸਮੇਂ ਮਣਕੇ ਕਾਫੀ ਪ੍ਰਚਲਿਤ ਸਨ। ਮਤਲਬ ਜਿਹੜੇ ਪੱਥਰ ਦੇ ਬਣੇ ਹੁੰਦੇ ਨੇ ਗੋਲ ਗੋਲ ਮਣਕੇ ਉਹ ਸਿੰਧੂ ਘਾਟੀ ਦੇ ਸਮੇਂ ਬਹੁਤ ਜ਼ਿਆਦਾ ਪ੍ਰਚਲਿਤ ਸੀਗੇ। ਇਹਨਾਂ ਨੂੰ ਦੂਰ ਦੂਰ ਤੱਕ ਭੇਜਿਆ ਜਾਂਦਾ ਸੀਗਾ, ਮਤਲਬ ਇਸਦਾ ਜਿਹੜਾ ਐਕਸਪੋਰਟ ਹੈਗਾ ਉਹ ਵੀ ਕੀਤਾ ਜਾਂਦਾ ਸੀਗਾ, ਦੂਜੀਆਂ ਸੱਭਿਅਤਾਵਾਂ ਨੂੰ ਵੀ ਭੇਜੇ ਜਾਂਦੇ ਸੀਗੇ ਇਹ ਚੀਜ਼ਾਂ। ਜ਼ਿਆਦਾਤਰ ਜਿਹੜੇ ਮਣਕੇ ਨੇਗੇ ਚਨਹੋਦੜ ਅਤੇ ਲੋਥਲ 'ਚ ਬਣਦੇ ਸਨ। ਇਹ ਦੋ ਸਥਾਨ ਨੇਗੇ ਜਿੱਥੇ ਜ਼ਿਆਦਾ ਮਣਕੇ ਬਣਦੇ ਸੀਗੇ, ਲੋਥਲ ਅਤੇ ਚਨਹੋਦੜ 'ਚ। ਉਸ ਸਮੇਂ ਹਰੇਕ ਵਪਾਰੀ ਕੋਲ ਇੱਕ ਆਪਣੀ ਸੀਲ ਹੁੰਦੀ ਸੀ ਅਤੇ ਉਸ ਸੀਲ ਤੋਂ ਵਪਾਰੀ ਦੇ ਬਾਰੇ ਪਤਾ ਲੱਗਦਾ ਸੀਗਾ ਵੀ ਇਹ ਜਿਹੜਾ ਮਾਲ ਹੈਗਾ ਕਿਸ ਵਪਾਰੀ ਦਾ ਹੈ। ਸੀਲ ਪੱਥਰ ਦੀ ਬਣੀ ਹੋਈ ਹੁੰਦੀ ਸੀਗੀ
ਜਿਸ ਤੇ ਨਿਸ਼ਾਨ ਅਤੇ ਨਾਂ ਲਿਖਿਆ ਹੁੰਦਾ ਸੀਗਾ। ਸੀਲ ਦੇ ਉੱਤੇ ਇੱਕ ਨਿਸ਼ਾਨ ਲੱਗਿਆ ਹੁੰਦਾ ਸੀਗਾ ਤੇ ਉੱਪਰ ਉਸਦੇ ਸੀਲ ਦੇ ਨਾਂ ਲਿਖਿਆ ਹੁੰਦਾ ਸੀਗਾ ਉਹਨਾਂ ਦੀ ਭਾਸ਼ਾ ਦੇ ਵਿੱਚ। ਉਹ ਭਾਸ਼ਾ ਨੂੰ ਆਪਾਂ ਪੜ੍ਹ ਤਾਂ ਨਹੀਂ ਸਕਦੇ ਪਰ ਉਹ ਲਿਖਿਆ ਹੋਇਆ ਆਪਾਂ ਦੇਖਦੇ ਹਾਂ। ਜਿਹੜਾ ਨਿਸ਼ਾਨ ਹੈਗਾ ਉਹ ਧਾਰਮਿਕ ਚਿੰਨ੍ਹ ਹੁੰਦਾ ਸੀ ਤੇ ਜਿਹੜਾ ਨਾਂ ਹੁੰਦਾ ਸੀਗਾ ਉਹ ਵਪਾਰੀ ਦੇ ਬਾਰੇ ਦੱਸਦਾ ਸੀਗਾ ਵੀ ਕਿਹੜਾ ਵਪਾਰੀ ਆ, ਇਹ ਜਿਹੜੀ ਸੀਲ ਹੈਗੀ ਕਿਸ ਵਪਾਰੀ ਦੀ ਹੈ। ਤਾਂ ਇਹ ਸੀਗੀ ਅੱਜ ਦੀ ਆਪਣੀ ਵੀਡੀਓ ਸਿੰਧੂ ਘਾਟੀ ਦੀ ਸੱਭਿਅਤਾ ਦੀ ਖੇਤੀਬਾੜੀ ਅਤੇ ਵਪਾਰ ਦੇ ਬਾਰੇ। ਇਸ ਤੋਂ ਅਗਲੀ ਵੀਡੀਓ ਆਪਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ। ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਅਤੇ ਇਸੇ ਤਰ੍ਹਾਂ ਦੀ ਹੋਰ ਐਜੂਕੇਸ਼ਨ ਵਾਲੀ ਵੀਡੀਓ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਹਾਈ ਫਾਈ ਐਗਜ਼ਾਮ ਸਟੱਡੀ ਨੂੰ ਸਬਸਕ੍ਰਾਈਬ ਕਰਨਾ। ਧੰਨਵਾਦ ਜੀ।